दोनों कैमरे DVR ਦੇ ਨਾਲ ਅਟੈਚ ਕਰ ਦਿੱਤੇ ਹਨ। ਲੈਫਟ ਸਾਈਡ ਤੇ ਮੇਰੇ ਜੋ ਫਸਟ ਨੰਬਰ ਤੇ ਕੈਮਰਾ ਹੈ ਉਹ ਹਿਕਵਿਜ਼ਨ ਦਾ 2 ਮੈਗਾਪਿਕਸਲ ਦਾ ਕੈਮਰਾ ਹੈ ਤੇ ਜਿਹੜਾ ਰਾਈਟ ਸਾਈਡ ਤੇ ਕੈਮਰਾ ਹੈ ਉਹ ਹਿਕਵਿਜ਼ਨ ਦਾ 5 ਮੈਗਾਪਿਕਸਲ ਦਾ ਕੈਮਰਾ ਚੱਲ ਰਿਹਾ ਹੈ। ਚਲੋ ਹੁਣ ਆਪਾਂ ਇੱਕ ਇੱਕ ਕਰਕੇ ਦੋਨਾਂ ਕੈਮਰਿਆਂ ਦੀ ਜ਼ੂਮ ਕੁਆਲਿਟੀ ਚੈੱਕ ਕਰਦੇ ਹਾਂ। ਸਾਨੂੰ ਪਹਿਲਾਂ 2 ਮੈਗਾਪਿਕਸਲ ਦਾ ਕੈਮਰਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 2 ਮੈਗਾਪਿਕਸਲ ਦੇ ਕੈਮਰੇ ਤੇ ਜੋ ਨਜ਼ਦੀਕ ਐਕਟਿਵਾ ਖੜੀ ਹੈ ਉਸ ਦਾ ਨੰਬਰ ਰੀਡ ਹੋ ਪਾ ਰਿਹਾ ਹੈ। PB10 FJ8878। ਚਲੋ ਹੁਣ ਆਪਾਂ 5 ਮੈਗਾਪਿਕਸਲ ਦੇ ਕੈਮਰੇ ਦੀ ਵੀਡੀਓ ਦੇਖਦੇ ਹਾਂ। ਇਹ ਵੀਡੀਓ ਹੁਣ 5 ਮੈਗਾਪਿਕਸਲ ਦੇ ਕੈਮਰੇ ਦੀ ਆ ਰਹੀ ਹੈ। ਚਲੋ ਹੁਣ ਆਪਾਂ ਇਸਦਾ ਜ਼ੂਮ ਕੁਆਲਿਟੀ ਨੂੰ ਚੈੱਕ ਕਰਦੇ ਹਾਂ। ਪੰਜ ਮੈਗਾਪਿਕਸਲ ਦਾ ਕੈਮਰਾ ਵੀ ਇਸ ਐਕਟਿਵਾ ਦੇ ਨੰਬਰ ਨੂੰ ਰੀਡ ਕਰ ਪਾ ਰਿਹਾ ਹੈ, PB10 FJ8878। ਜੇਕਰ ਕੁਆਲਿਟੀ ਦੇ ਡਿਫਰੈਂਸ ਦੀ ਗੱਲ ਕੀਤੀ ਜਾਵੇ ਤਾਂ 2 ਮੈਗਾਪਿਕਸਲ ਤੇ 5 ਮੈਗਾਪਿਕਸਲ ਦੀ ਕੁਆਲਿਟੀ ਦੇ ਵਿੱਚ ਕੁਝ ਜ਼ਿਆਦਾ ਖਾਸ ਡਿਫਰੈਂਸ ਨਹੀਂ ਆ ਰਿਹਾ ਹੈ। ਇੱਕ ਹੋਰ ਐਂਗਲ ਤੋਂ ਦੋਨਾਂ ਕੈਮਰੇ ਦੀ ਲਾਈਵ ਵੀਡੀਓ ਫੁਟੇਜ ਚੱਲ ਰਹੀ ਹੈ। ਚਲੋ ਹੁਣ ਆਪਾਂ ਸਾਨੂੰ ਪਹਿਲਾਂ 2 ਮੈਗਾਪਿਕਸਲ ਵਾਲੇ ਕੈਮਰੇ ਦੀ ਵੀਡੀਓ ਨੂੰ ਚੈੱਕ ਕਰਦੇ ਹਾਂ। ਚਲੋ ਇਸ ਕੈਮਰੇ ਦੀ ਜ਼ੂਮ ਕੁਆਲਿਟੀ ਨੂੰ ਚੈੱਕ ਕਰਦੇ ਹਾਂ। ਜੇਕਰ ਹੁਣ ਥੋੜ੍ਹੇ ਦੂਰ ਖੜ੍ਹੇ ਬਾਈਕ ਜਾਂ ਐਕਟਿਵਾ ਦੇ ਨੰਬਰ ਨੂੰ ਰੀਡ ਕਰਨ ਦੀ ਕੋਸ਼ਿਸ਼ ਕਰੀਏ ਤਾਂ 2 ਮੈਗਾਪਿਕਸਲ ਦੇ ਕੈਮਰੇ ਦੇ ਉੱਤੇ ਰੀਡ ਨਹੀਂ ਹੋ ਪਾ ਰਹੇ ਹਨ। ਚਲੋ ਹੁਣ ਆਪਾਂ 5 ਮੈਗਾਪਿਕਸਲ ਵਾਲੇ ਕੈਮਰੇ ਦੇ ਚੈੱਕ ਕਰਦੇ ਹਾਂ ਵੀ ਇਹ ਨੰਬਰ ਰੀਡ ਹੋ ਪਾ ਰਹੇ ਹਨ ਕਿ ਨਹੀਂ। ਪੰਜ ਮੈਗਾਪਿਕਸਲ ਵਾਲਾ ਕੈਮਰਾ ਵੀ ਇਹ ਨੰਬਰਾਂ ਨੂੰ ਨਹੀਂ ਪੜ੍ਹ ਪਾ ਰਿਹਾ ਹੈ। ਇਹ 5 ਮੈਗਾਪਿਕਸਲ ਕੈਮਰੇ ਦੀ ਜ਼ੂਮ ਦੀ ਕੁਆਲਿਟੀ ਹੈ। ਚਲੋ ਹੁਣ ਦੁਬਾਰਾ 2 ਮੈਗਾਪਿਕਸਲ ਵਾਲੇ ਕੈਮਰੇ ਤੇ ਚੱਲਦੇ ਹਾਂ। ਦੋ ਮੈਗਾਪਿਕਸਲ ਵਾਲਾ ਕੈਮਰਾ ਦੂਰ ਜੋ ਬੋਰਡ ਹੈ ਉਸਦੇ ਵੱਡੇ ਅੱਖਰਾਂ ਨੂੰ ਪੜ੍ਹ ਪਾ ਰਿਹਾ ਹੈ ਅਤੇ ਛੋਟੇ ਅੱਖਰਾਂ ਨੂੰ ਨਹੀਂ ਪੜ੍ਹ ਪਾ ਰਿਹਾ ਹੈ, ਜਿਵੇਂ ਕਿ ਲਿਖਿਆ ਹੋਇਆ ਕਸਟਮਾਈਜ਼ਡ ਗਿਫਟਸ। ਅਤੇ 5 ਮੈਗਾਪਿਕਸਲ ਵਾਲੇ ਕੈਮਰੇ ਨੂੰ ਚੈੱਕ ਕਰਦੇ ਹਾਂ। ਪੰਜ ਮੈਗਾਪਿਕਸਲ ਵਾਲਾ ਕੈਮਰਾ ਵੀ ਦੂਰ ਦੇ ਜੋ ਬੋਰਡ ਹਨ ਉਸਦੇ ਵੱਡੇ ਅੱਖਰਾਂ ਨੂੰ ਹੀ ਰੀਡ ਕਰ ਪਾ ਰਿਹਾ ਹੈ ਅਤੇ ਛੋਟੇ ਅੱਖਰਾਂ ਨੂੰ ਇਹ ਰੀਡ ਨਹੀਂ ਕਰ ਪਾ ਰਿਹਾ ਹੈ। ਜੇਕਰ ਤੁਹਾਡਾ ਬਜਟ ਜ਼ਿਆਦਾ ਹੈ ਤਾਂ ਤੁਸੀਂ 5 ਮੈਗਾਪਿਕਸਲ ਦਾ ਕੈਮਰਾ ਲੈ ਸਕਦੇ ਹੋ। ਜੇਕਰ ਤੁਹਾਡਾ ਬਜਟ ਜ਼ਿਆਦਾ ਨਹੀਂ ਹੈ ਤਾਂ ਤੁਸੀਂ 2 ਮੈਗਾਪਿਕਸਲ ਦਾ ਕੈਮਰਾ ਲੈ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।